मुंडे ऐसे की ठोंका मारी जाना है, कोई काम कर ला, तेरा प्यो भी आ गया, लड़ूगा तेन। आ गए जी, आ गए जी। क्या बना वा तेन? ओ बस चाह तो पीती पी हैगी, ऐसे नु प्या दे दूध च बत्ती पाके बिल्लड़ नु। ओ ला हुण मैं की करता? हजे करता नहीं, खेत लाइट आई पी सी, कोई क्यारा देखे, कोई नक्का बढ़े, कोई कुछ करे, उसे खेत का जाना नहीं किसे ने। ओ की है बापू, शाम नु जाऊंगा दस। आ शाम नु जाए, शाम नु तेरे प्यो दी लाइट है ना, वी सारे दे जो चित मनया ओदी जाके छड़ लेगा। ओ फिर बड़े भाई नु भी कह दे करो हैप्पी नु, मेरे ते ही बोली जांदे ना। बस बड़े भाई नु कह दे, छोटे नु कह दे, ओ कह दे कर छोटे नु कह दे, दूजा कह दे बड़े नु कह दे, आ गल्लां ची टाली रखा करो। ऐ तां है नहीं कोई माड़ा मोटा बुढ़े शरीर नाल धंधा करा दिए, कोई गाल दिए। ਮਾਂ ਬਾਪੂ ਨੂੰ ਨਾ ਰੋਟੀ ਦੀ ਪਾ ਕੇ ਦੇ ਦੇ ਦੱਸ, ਭੁੱਖ ਨਾਲ ਨਾ ਉਹੀ ਲੜੀ ਜਾਂਦਾ। ਤੁਸੀਂ ਹੱਥ ਪੈਰ ਧੋ ਲੈਂਦੇ, ਮੈਂ ਰੋਟੀ ਪਾਣ ਦੀ ਸੋਚ। ਓਏ ਬਸ ਮੇਰੀ ਤਾਂ ਭੁੱਖ ਮਾਰਤੀ, ਮੈਂ ਕੀ ਕਰਾਉਣਾ ਇਹ ਟੁਕੜੇ ਨੂੰ। ਉਹ ਕੀ ਬਾਪੂ ਦੱਸ, ਸਵੇਰੇ ਸਵੇਰੇ ਆ ਕੇ ਨਾ ਮੂਡ ਖਰਾਬ ਕਰਤਾ ਸਾਰਾ ਹੀ। ਕੋਈ ਨਹੀਂ ਜੀ, ਗੁੱਸਾ ਕਾਹਤੋਂ ਕਰਦੇ ਹੋ, ਹੱਥ ਨੇ ਜਾ ਕੇ ਗੇੜਾ ਮਾਰਿਆਊਗਾ, ਦੇਖ ਆਊਗਾ ਸਾਰਾ ਕੁਛ। ਓਏ ਹੱਥ ਨੇ ਕੀ ਕਰਾਉਂ, ਮੈਂ ਗੇੜਾ ਮਾਰ ਕੇ ਦੇਖ ਗਿਆ ਆਊਗਾ, ਹੱਥ ਨੇ ਗੇੜਾ ਮਾਰੂ, ਲਾਈਟ ਤਾਂ ਹੁਣ ਆਈ ਸੀ, ਹੱਥ ਨੇ ਗੇੜਾ ਮਾਰੇਊ, ਉਹਨਾਂ ਦੀ ਹਾਮੀਆਂ ਲੱਗ ਜਾਂਦੀਆਂ ਭਰਨ, ਕੋਈ ਐਂ ਤਾਂ ਹੈ ਨਹੀਂ ਵੀ ਉਹਨਾਂ ਨੂੰ ਕਿਸੇ ਕੰਮ ਤੇ ਲਾ ਦਿਆਂ ਮੈਂ ਗਾਲ ਦਿਆਂ। ਕੰਮ ਤੇ ਤਾਂ ਆਪਣੀਆਂ ਜ਼ਿੰਮੇਵਾਰੀਆਂ ਆਪੇ ਫੜ ਲੈਣਗੇ, ਬਾਲਾ ਗੁੱਸੇ ਨਾ ਹੋਇਆ ਕਰ। ਕਿੱਦੇ ਫੜ ਲੈਣਗੇ, ਜਿੱਦੇ ਬੱਗੇ ਆ ਗਏ। ਐ ਵੀ ਮੁਰੋ ਗੱਲ ਕਰ ਜੋ, ਮੁਰੋ ਕਰ ਜੋ, ਐਦਾ ਇਹਨਾਂ ਨੂੰ ਵੀ ਤਾੜ ਕੇ ਕੰਮ ਗੱਲ ਕਰਾਂ ਕੋਈ। ਕੋਈ ਨਹੀਂ, ਤਾੜ ਕੇ ਰੱਖਣ ਨਾਲ ਤਾਂ ਨਹੀਂ ਕੰਮ ਲੱਗਦੇ ਹੁੰਦੇ, ਆਪੇ ਸਿਆਣੇ ਹੋ ਜਾਣਗੇ, ਆਪਣੀਆਂ ਜ਼ਿੰਮੇਵਾਰੀਆਂ ਆਪੇ ਸੰਭਾਲਣਗੇ, ਇਹਦੇ 'ਚ ਵੀ ਕੁਛ ਦੇਖਦੇ ਹੋਣਗੇ, 100 ਕੰਮ ਧੰਦੇ ਹੁੰਦੇ ਆ ਫੋਨਾਂ 'ਚ। ਬੜਾ ਲੋੜਾ ਮਰਿਆ ਆ, ਇਹ ਨਾ ਹਟੂਗੀ ਪੱਖ ਪੂਰਨੇ, ਨਹੀਂ ਹਟਦੀ ਪੱਖ ਪੂਰਨ, ਕਰੀ ਜਾ ਜਾ ਬਗ ਜਾ। ਇਹ ਉਦੋਂ ਆ ਆਉਂਦਾ ਚੜਾ ਚੜਾਇਆ ਬਿਲਾ, ਦੱਸ ਜਵਾਕ ਨੇ ਜੇ ਫੋਨ ਦੇਖ ਲਿਆ ਫਿਰ ਕੀ ਹੋ ਗਿਆ? ਕੀ ਯਾਰ ਹੈਪੀ, ਅੱਜ ਨਾ ਬਾਪੂ ਨੇ ਸਵੇਰੇ ਸਵੇਰੇ ਮੂਡ ਖਰਾਬ ਕਰਤਾ ਯਾਰ। ਕੀ ਹੋ ਗਿਆ? ਉਹ ਹੋਣਾ ਕੀ ਹੈ ਯਾਰ, ਬਾਹਰੋਂ ਆਉਂਦੇ ਸਾਰੀ ਲੜਨ ਲੱਗ ਗਿਆ ਮੇਰੇ ਨਾਲ। ਕਿਉਂ? ਉਹ ਤੁਹਾਡੇ ਭਲੇ ਵਾਸਤੇ ਹੀ ਕਹਿੰਦਾ ਹੈ, ਤੁਹਾਡਾ ਪਿਓ। ਕਿਉਂ? ਮਾਤਾ ਤੂੰ ਤਾਂ ਰਹਿਣ ਦੇ, ਤੂੰ ਵੀ ਉਹਦੇ ਨਾਲ ਰਲੀ ਹੋਈ ਆ। ਦੱਸ ਮੈਂ ਕੀ ਨਾਲ ਰਲੀ ਆ ਉਹਦੇ? ਉਹ ਯਾਰ ਮਾਂ ਨੂੰ ਤਾਂ ਤੂੰ ਬੁਲਾਈ ਨਾ, ਮੈਨੂੰ ਕਹਿੰਦਾ ਖੇਤ ਗੇੜਾ ਨਹੀਂ ਮਾਰ ਕੇ ਆਇਆ ਹੈਗਾ। ਮੈਂ ਖੇਤ ਤਾਂ ਹੈਗਾ ਸੀ ਯਾਰ। ਅੱਛਾ ਯਾਰ, ਹੋਰ ਮੈਨੂੰ ਕੋਈ ਖੇਤ ਨਹੀਂ ਹੈਗਾ ਸੀ, ਫਿਰ ਹੁੰਦਾ ਤਾਂ ਦੱਸਦਾ ਮੈਨੂੰ। ਉੱਥੇ ਸੀ ਮੈਂ, ਉੱਥੇ ਸੀ ਮੈਂ, ਸਰੋਂ ਸੀ ਨਾ, ਤੂੰ ਮੈਨੂੰ ਦੱਸਿਆ ਨਹੀਂ, ਕਣਕ ਦਾ ਹੈ ਗੋਡੇ ਗੋਡੇ ਹੋਈ ਆ। ਉਹ ਬਾਪੂ ਕਿਉਂ ਝੂਠ ਬੋਲੀ ਜਾਂਦਾ, ਵੱਡਾ ਹੁਣ ਕਹੀ ਤਾਂ ਜਾਂਦਾ ਸੀ ਮੈਂ ਖੇਤੋਂ ਆਇਆ। ਉਹ ਬਹਿ ਜਾ ਟਿੱਕੇ ਬਹਿ ਜਾ, ਜਾਣਦਾ ਸੁਣ ਮੈਂ ਖੇਤਾਂ ਨੂੰ। ਅੱਛਾ ਕਿਉਂ ਕੁਸਰ ਕੁਸਰ ਕਰੀ ਜਾਂਦੇ ਹੋ, ਮੈਨੂੰ ਪਤਾ ਹੀ ਆ ਮੈਨੂੰ ਮੂਰਖ ਨਾ ਬਣਾਓ, ਮੈਂ ਤਾਂ ਮੂਰਖ ਨਹੀਂ ਹੈਗਾ। ਲੈ ਹੱਦ ਹੋ ਗਈ, ਐ ਕਰ ਬਾਪੂ ਤੂੰ ਤਾਂ ਲੜਨ ਨੂੰ ਹਟਦਾ ਨਹੀਂ ਹੈਗਾ ਸਾਡੇ ਨਾਲ, ਆਪੀ ਸੰਭਾਲ ਲਾ ਮਾ, ਆਏ ਰੱਬ ਦਾ ਚੱਲਦੇ ਆ। ਪਾਗ ਜੋ ਪਰੇ ਸੰਭਾਲ ਲੈ, ਆ ਦੇਖ ਲੈ ਅੱਗੇ ਸੰਭਾਲ ਲੈ, ਇਸ ਵਾਰ ਤੇਰੇ ਸਿਰ ਚੜਾਏ ਹੋਏ ਨੇ, ਮੂਰਖ ਬਣਾਉਣੀ ਹੈ ਚੜਾਏਗੇ। ਉਹੀ ਗੱਲ, ਉਹੀ ਗੱਲ, ਮੈਨੂੰ ਲੱਗ ਜਾਂਦਾ ਹੈਗਾ, ਇੱਧਰ ਬਾਹਰ ਇੱਕ ਨੂੰ, ਉੱਧਰ ਬਾਹਰ ਕੁਝ ਕੁਝ ਸੁਣੀ ਜਾਂਦੀ ਉਹਨਾਂ ਦੀ, ਐਂ ਤਾਂ ਕਹਿੰਦੀ ਵੀ ਤੇਰੇ ਨਾਲ ਇੰਨਾ ਲੜ ਕੇ ਆਇਆ ਭਾਈ, ਉਹ ਗੱਲ ਕੰਮ ਦੀ ਗੱਲ ਤਾਂ ਲੜਦਾ ਉਹ, ਵੀ ਤੂੰ ਕਰਿਆ ਕਰੋ। ਫਿਰ ਮੈਂ ਤੂੰ ਕੋਲੇ ਖੜਾ ਕਾ, ਮੈਂ ਕੋਈ ਮਾੜੀ ਮੱਤ ਦਿੱਤੀ ਹੈ? ਮੈਂ ਤਾਂ ਕਹਿੰਦੇ ਨੇ ਭਾਈ ਕੰਮ ਤਾਂ ਕੰਮ ਹੀ ਆਊਗਾ, ਉਹ ਤਾਂ ਕਹਿੰਦੇ ਅਸੀਂ ਆਪੀ ਕਰ ਲਾਂਗੇ। ਕੀ ਪਤਾ ਮੈਨੂੰ ਮਾੜੀ ਮੱਤ ਦੇ ਗੋਡੇ ਨਾਲ ਲਾਈ ਆਏ ਬੈਠੇ, ਜਿਵੇਂ 7 ਸਾਲ ਦੇ ਜਵਾਕ ਨੂੰ ਮੋਹ ਦਿੰਦੇ ਆ, ਉਹ ਗੱਭਰੂ ਹੋ ਗਏ 22-22 ਸਾਲ ਦੇ। ਤੂੰ ਤਾਂ ਮੈਨੂੰ ਲੱਗਿਆ ਰਿਹਾ ਕਰ, ਤੈਨੂੰ ਲੱਗਣਾ ਜੋ ਤੂੰ ਮਾਹੀ ਬੈਠੇ ਨਾਲ, ਮੇਰਾ ਨਾ ਖੜਾ ਛੱਡੀ ਤੂੰ ਤਾਂ, ਕੋਈ ਨਹੀਂ ਲੱਗ ਜਾਣਗੇ, ਆਪਣੀਆਂ ਜ਼ਿੰਮੇਵਾਰੀਆਂ ਆਪੇ ਸੰਭਾਲਣਗੇ, ਹੋਰ ਕੀ ਤੂੰ ਕਰੇਗਾ ਸਾਰਾ। ਯਾਰ ਟਿੱਕ ਇੱਕ ਦਾ ਮੈਨੂੰ ਆ ਨਹੀਂ ਪਤਾ ਲੱਗਿਆ ਭੈਣ ਦੀ, ਵੀ ਜ਼ਿੰਮੇਵਾਰੀ ਆਪਣੀਆਂ ਕਿੱਦਾਂ ਸੰਭਾਲੇ ਤੂੰ ਮਾਰੋ, ਮੈਨੂੰ ਇਹ ਨਹੀਂ ਹਿਸਾਬ ਹੋਣਾ, ਮੈਂ ਜਿਹਨੂੰ ਕਦੇ ਲੜੂੰਗਾ ਉਹਦੀ ਕਹੂੰ ਆਪਣੀ ਜ਼ਿੰਮੇਵਾਰੀ ਆਪ ਸੰਭਾਲ ਲਈ, ਆਪ ਸੰਭਾਲ ਲਈ, ਜੇ ਆਪ ਸੰਭਾਲ ਲੈ ਲਓ ਮੇਰਾ ਕੀ ਸਿਰ ਭੋਇਆ, ਮੈਂ ਕੋ ਮਰਾਂ। ਤਾਈ। ਹਾਂ ਭਾਈ, ਕੌਣ ਹੈਗੀ, ਕਰੀ ਹੈਗੀ? ਮੈਂ ਤਾਂ ਗਏ ਨਾ। ਅੱਛਾ, ਹੋਰ ਪੁੱਤ ਕਿਵੇਂ, ਕੰਮ ਆਈ ਸੀ ਬਈ? ਹਾਂ ਕੰਮ ਹੀ ਆਈ ਸੀ, ਮੱਥਾ ਟੇਕਦੀ ਆ। ਜਿਉਂਦੀ ਰਹਿ, ਵਸਦੀ ਰਹਿ, ਹੋਰ ਠੀਕ ਠਾਕ ਆ ਸਾਰੇ? ਠੀਕ ਹੈ ਤਾਈ, ਵਧੀਆ। ਨਾ ਹੀ ਤੁਹਾਡਾ ਹੈਪੀ ਦੀ ਦਾ ਨਾ ਬੰਟੂ ਦੀ ਦਾ ਕਿੱਧਰ ਵਾ ਗਏ ਦੋਨੇ? ਉਹ ਭਾਈ ਤੈਨੂੰ ਕੀ ਮਿਲਣ ਦਾ ਕੰਮ ਪੈ ਗਿਆ, ਇੱਥੇ ਫਿਰ ਜਾਉਂਦੇ ਤਾਂ ਕੀ ਖਾਂਦੇ? ਅੱਛਾ ਤਾਇਆ ਜੀ, ਉਹ ਤਾਂ ਮੈਨੂੰ ਉਹਨਾਂ ਤੱਕ ਤਾਂ ਇਹ ਕੰਮ ਪੈ ਗਿਆ, ਮੇਰੇ ਘਰ ਵਾਲਾ ਨਾ ਬਾਹਰ ਵਗ ਜੂਗਾ ਹੁਣ ਕੈਨੇਡਾ। ਅੱਛਾ, ਤੇ ਮੈਂ ਤਾਂ ਇਹ ਕਹਿੰਦੀ ਸੀ ਵੀ ਦੋਨੇ ਭਰਾ ਜਾ ਕੇ ਉਹ ਹੁਣ ਵਿਹਲੇ ਹੁੰਦੇ ਆ ਘਰੇ, ਵੀ ਚੱਲ ਭਈ ਏਅਰਪੋਰਟ ਤੇ ਛੱਡੇ ਆਉਣਗੇ, ਦਿੱਲੀ ਜਾਣਾ ਸੀਗਾ ਚੜਾਉਣ, ਮੈਂ ਤਾਂ 100 ਕੰਮ ਆਗੇ, ਬਾਕੀ ਰਿਸ਼ਤੇਦਾਰਾਂ ਘਰੇ ਮਾਂਗੀ, ਮੈਂ ਤਾਂ ਜਾ ਨਹੀਂ ਸਕਦੀ, ਮੈਂ ਮੁੰਡੇ ਮੁੰਡੇ ਵਗ ਜਾਣਗੇ, ਮੈਂ ਤਾਂ ਉਹਨਾਂ ਨੂੰ ਤਾਂ ਕਹਿਣ ਆਈ ਸੀ। ਕੋਈ ਬਗਜੂ, ਇੱਕ ਜਣਾ ਬਗਜੂ, ਭਈ ਦੋਨ ਲੱਗੀ ਕਰਨ, ਉੱਥੇ ਵੀ ਗੱਡੀ ਚ ਪਾ ਹੋਣ ਬੈਠੇ ਨੇ, ਜਾਣਾ ਚਲਾ ਕੱਲੇ ਨੂੰ ਨਾਲ, ਕਿ ਜਣਾ ਬਗਜੂਗਾ। ਹਾਂ ਪਰ ਇੱਥੇ ਫਿਰ ਜਾਣੇ ਭਾਈ, ਮੈਨੂੰ ਤਾਂ ਤਸੱਲੀ ਨਹੀਂ ਉਹਨਾਂ ਦੀ, ਭਾਲ ਲੱਗ ਤੇ ਦੇਖ ਲੈ ਜਾਉਂਦੇ ਨੇ ਕਿਤੇ। ਕੋਈ ਨਾ ਤਾਈ ਜੀ, ਤੁਸੀਂ ਕਹਿ ਦੇ ਜੋ ਘਰੇ ਆ ਕੇ ਕਹੇ, ਹੱਥ ਨੇ ਤੁਰਨਾ। ਕੋਈ ਨਹੀਂ ਪੁੱਤ, ਕਹਿ ਦੂੰਗੀ ਤੇ ਬਹਿ ਜਾ, ਚਾਹ ਬਣਾ ਲੈਣੀ ਹੈ। ਬਸ ਜੀ, ਸੁਡਣੀ ਚਾਹ, ਉਧਰ ਕਿਹੜਾ ਬਗਾਨਾ ਘਰ ਹੈ, ਮਗਾ ਚੱਲ ਮੈਂ ਕਿਹਾ ਵਾ ਹੁਣ, ਤੇ ਫਿਰ ਤੈਨੂੰ ਪਤਾ ਤਿਆਰੀ ਕਰਨੀ ਹੁੰਦੀ ਆ, ਕੰਮ ਕਾਰ ਹੋਰ ਬਥੇਰੇ, ਪਹਿਲੇ ਕਿਹਾ ਚੰਗਾ, ਹੁਣ ਤਾਂ ਉਹਨਾਂ ਦੇ ਬਾਈ ਨੇ ਵੀ ਫੋਨ ਕੀਤਾ ਸੀਗਾ, ਹੁਣ ਤਾਂ ਉਹਨਾਂ ਨੂੰ ਪਤਾ ਹੀ ਹੈਗਾ। ਚੱਲ ਕੋਲੀ ਬਾਈ, ਸੁੱਖ ਨਾ, ਵਧੀਆ ਹੋ ਗਿਆ, ਚੱਲ ਇਹ ਵੀ
तेन इन खुशियां चढ़िया ना तू आप वेलना किसी काम ला उन्होंने कह भी रीस करा करो किसी की कोई नी जिदे उन्हां दा दिन आ गया ਉਹ ਵੀ ਕਰ ਲੈਣਗੇ ਪਰਮਾਤਮਾ ਕਰਾਊਗਾ ਕਦੇ ਇਹਨੇ ਸਾਹੀ ਨਾ ਕਦੇ ਕਿਹਾ ਵਾ ਦੀ ਸੀ ਨੇ ਵੀ ਕੋਈ ਮੈਂ ਰੋਜ਼ ਹੀ ਉਹਨਾਂ ਨੂੰ ਕਹਿਣੀ ਆ ਕਹੂੰਗੀ ਇਹ ਗੱਲ ਤਾਂ ਨਿਕਲ ਜਾਣਾ ਇਹ ਗੱਲ ਮੂਰੇ ਰੱਖੂਗੀ ਕੋਈ ਨਹੀਂ ਉਹਨਾਂ ਦਾ ਟਾਈਮ ਉਹ ਟਾਈਮ ਆਊ ਕਿਤੇ ਮੈਨੂੰ ਦੱਸਦਾ ਦੇ ਫਿਰ ਟਾਈਮ ਹੈ ਧਿੱਕੇ ਤੋਂ ਹੀ ਆਉਂਦਾ ਹੁੰਦਾ ਆਪਾਂ ਵੇਟ ਕਰਦੇ ਆ ਕਿਤੇ ਤਾਂ ਆਊਗੀ ਟਾਈਮ ਜੇ ਰੋਜ਼ ਕਹੇਗੀ ਜਿਵੇਂ ਮੈਂ ਲੜਦਾ ਤੂੰ ਲੜੇਗੀ ਕੋਈ ਉਹਨੇ ਖਾਨੇ 'ਚ ਗੱਲ ਪਊਗੀ ਵੀ ਮੇਰਾ ਮਾਂ ਪਿਓ ਸਾਨੂੰ ਆਹ ਕੰਮ ਵਾਸਤੇ ਲੜਦਾ ਯਾਰ ਪਿਓ ਲੜਦਾ ਵੀ ਮਾਂ ਲੜਦੀ ਹੈ ਵੀ ਕੋਈ ਕਿਤੇ ਲੱਗੇ ਫੇਰ ਹੀ ਲੱਗਣਗੇ ਜਦੋਂ ਨਾ ਤੂੰ ਨਾ ਇਹ ਕਹਿੰਦੀ ਹੈ ਉਹਨਾਂ ਨੂੰ ਸਹਾਰਾ ਹੋ ਜਾਂਦਾ ਵੀ ਸਾਡੀ ਮਾਂ ਸਾਡੇ ਪੱਕ ਜੀ ਇਕੱਲੇ ਬੋਲੀ ਜਾਂਦਾ ਤੂੰ ਤਾਂ ਹੈ ਹੀ ਇਹੋ ਜਿਹਾ ਕੰਮ ਨੂੰ ਤਾਂ ਆਪਦਾ ਪੀ ਘਮਾਲ ਲੈਣਗੇ ਸਾਰਾ ਕੁਝ ਮੈਂ ਤਾਂ ਕਰਾਇਆ ਮਾਂ ਤਾਂ ਨਹੀਂ ਤੂੰ ਇੱਡੇ ਕੰਮ ਲੈ ਨਹੀਂ ਜਵਾਕ ਸਾਰੇ ਕਰ ਲੈਂਦੇ ਹਾਏ ਤੂੰ ਤਾਂ ਹੈ ਹੀ ਇਹੋ ਜਿਹਾ ਕੋਈ ਚੰਗਾ ਮੈਂ ਤਾਂ ਹੈ ਹੀ ਇਹੋ ਜਿਹਾ ਭਾਈ ਲੈਗੇ ਤਾਂ ਕੰਨਾ ਤੌੜੀਆਂ ਲਾਉਂਦੇ ਤੇਰੇ ਕੋਲ ਤਾਂ ਕੱਲੀ ਲੜਾਈ ਹੈਗੀ ਮੈਂ ਤਾਂ ਦਾਲ ਨੂੰ ਤੜਕਾ ਲਾਉਣੀ ਹੈਗੀ ਨਾ 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 ਤੜਕਾ ਪਾਉਂਗੀ ਕਿਉਂ ਹੋਰ ਕੀ ਹੁਣ ਪਾਉਂਗੀ ਨਹੀਂ ਛੱਡ ਗੱਲ ਤੂੰ ਗਾਗਣ ਆਈ ਸੀ ਅੱਛਾ ਤੇ ਉਹਦੇ ਘਰਾਂ ਵਾਲੇ ਦਾ ਵੀਜ਼ਾ ਆ ਗਿਆ ਤੇ ਏਅਰਪੋਰਟ ਤੇ ਉਹ ਦੋਨਾਂ ਨੂੰ ਕਹਿ ਕੇ ਗਈ ਆ ਵੀ ਚੜਾ ਕੇ ਆਉਣ ਨਾਲ ਜਾ ਕੇ ਐਂ ਤਾਂ ਮੇਰੇ ਘਰ ਦਾ ਫੋਨ ਆ ਗਿਆ ਮੇਰੇ ਕੋਲ ਟਾਈਮ ਨੀ ਬੰਟੂ ਨੂੰ ਭੇਜ ਦੇ ਅੱਛਾ ਤੇਰੇ ਕੋਲ ਟਾਈਮ ਨੀ ਤੂੰ ਤਾਂ ਕਾਨੋਂ ਕੋਲ ਲੱਗਿਆ ਬੰਟ ਨੂੰ ਭੇਜ ਦੇ ਕੀ ਤੁਹਾਡੀ ਸ਼ਰਮ ਰਹੀ ਹੈ ਮਾੜਾ ਮੋਟਾ ਕੰਜਰੋ ਕਿਸੇ ਕਿੱਤੇ ਲੱਗ ਜਾ ਕਰੋ ਏ ਉਹ ਬਾਹਰ ਫਿਰਦੇ ਦੇਖ ਲਓ ਜਵਾਕਾਂ ਦੇ ਲੋਕਾਂ ਦੇ ਕਿਵੇਂ ਟਰੈਟ ਖਿੱਚੀ ਫਿਰਦੇ ਨਿੱਕੇ ਨਿੱਕੇ ਚੂਚਲੇ ਸਾਰਾ ਦਿਨ ਪਾਈਆਂ ਤੇ ਖੇਤ ਰੂਲੀ ਜਾਂਦੇ ਉਹਨਾਂ ਨੇ ਬੁੜਾ ਨੂੰ ਭੋਰਾ ਸਾਰ ਸਾਰੇ ਸੱਤ ਮਿੰਟ ਚੌੜੇ ਹੋ ਹੋ ਗੱਲਾਂ ਕਰਦੇ ਨਾ ਉਹ ਟਰੈਟ ਲੈ ਬਾਪੂ ਅਸੀਂ ਖੇਤੀ ਕਰ ਲਾਂਗੇ ਅਸੀਂ ਵੀ ਕਰੀ ਜਾਂਦੇ ਖੇਤੀ ਟਰੈਕਟ ਲੈਣ ਵਾਲੀ ਤੁਹਾਡੀ ਸ਼ਕਲ ਆਹ ਟੋਪੀ ਆਹ ਟੀ ਸ਼ਰਟਾਂ ਇਹ ਟਰੈਕਟ ਵਾਲੀਆਂ ਮੈਂ ਮਰ ਜਾ ਇਹਦਾ ਐਵੇਂ ਮਰ ਜਾਂਦਾ ਮਾਤਾ ਮੈਨੂੰ ਦੋ ਪਰੌਂਠੇ ਲਾ ਦੇ ਤੇ ਰੋਟੀ ਖਾ ਕੇ ਮੈਂ ਜਾਵਾਂ ਬਾਹਰ ਨੂੰ ਚੱਲ ਲਾ ਦਿੰਦੀ ਆ ਲਾ ਦੇ ਖਾ ਲਾ ਪਨੀਰ ਪਾ ਦੇ ਵਿੱਚ ਜਗਾ ਕੀ ਆ ਕਿਤੇ ਕੋ ਕੱਲੇ ਪਰੌਂਠੇ ਚੂਬਣ ਇਹਨਾਂ ਦੇ ਮੈਂ ਮਰ ਜਾ ਲੈ ਕੇ ਮੈਨੂੰ ਜਾਣਾ ਮੈਨੂੰ ਪਰੌਂਠੇ ਲਾ ਦੇ ਐ ਨਹੀਂ ਕਿਹਾ ਵੀ ਮੈਂ ਖੇਤ ਨੂੰ ਜਾਂਦਾ ਬਾਪੂ ਲੜਦਾ ਭੈਣ ਦੇ ਵੀਰੋ ਮਨਾ ਕਿੰਨਾ ਕਿਤੇ ਤੂੰ ਇਹ ਕਲਪਨਾ ਕਰੇਗਾ ਤੈਨੂੰ ਕੀ ਇਹ ਕਲਪਨਾ ਦੇ ਛੱਡ ਬਣਾ ਆਪਣੇ ਨਾਲ ਇਹਦੀ ਮਾਂ ਨੂੰ ਪਤਾ ਲੱਗ ਜੂ ਨਾਲੇ ਇਹਨਾਂ ਨੂੰ ਪਤਾ ਲੱਗ ਜੂ ਚੱਲ ਕਿਸੇ ਮੈਂ ਤਾਂ ਕਹਿੰਦਾ ਤੂੰ ਤਾਂ ਕਿਸੇ ਮਰਜ਼ੀ ਗੁਰਦੁਆਰੇ ਬਹਿ ਕੇ ਖਾ ਕੇ ਡੇਰੇ ਬਹਿ ਜਾ ਜਦੋਂ ਐਂ ਕਰਦੇ ਇਹਨਾਂ ਨੂੰ ਹੋਰ ਵੀ ਔਖੇ ਬਾਹਰ ਦੇ ਨੇ ਨਾ ਬਾਹਰ ਤਾਂ ਵੇਚ ਹੀ ਨਹੀਂ ਸਕਦੇ ਭੈਣ ਮਰਾਉਣ ਇਦੂ ਬਾਅਦ ਆਪਾਂ ਕਈ ਨਾ ਮੈਂ ਤਾਂ ਕਹਿੰਦਾ ਉਹ ਫੇਰ ਨਹੀਂ ਸਰਦਾ ਭੈਣ ਦਾ ਮਸਾਂ ਬਣਾਇਆ ਹੈਗਾ ਬੋਤੀ ਦੀ ਪੂਛ ਵਰਗਾ ਮੂੰਹ ਤਾਲੇ ਹੱਥਾਂ ਨਾਲ ਰੋਟੀਆਂ ਖਾਧੀਆਂ ਖੇਤ ਉਹ ਟਾਈਮ 'ਚ ਪਾਣੀ ਵੀ ਨਾ ਹੁੰਦਾ ਵੀ ਧੋ ਲਾ ਗਿਆ ਉਹ ਵੀ ਐਂ ਧਰਕ ਚਾਦਰਾ ਖਾ ਲੈਂਦੇ ਵੀ ਚੱਲ ਛੱਕ ਲਈਏ ਬੜਾ ਲੋੜਾ ਆ ਇਹ ਤਾਂ ਨਹੀਂ ਸੁਧਰਦੀ ਲੈ ਚਾਹ ਦੀ ਘੁੱਟ ਪੀ ਲਓ ਉਹ ਵੱਡਾ ਉੱਠ ਖੜਾ ਉੱਠਿਆ ਨੀ ਕੋਈ ਨੀ ਉੱਠੜੂਗਾ ਓਹੋ ਤੂੰ ਉਠਾ ਦਿਆ ਕਰ ਕਿਸੇ ਵੇਲੇ ਦਾ ਕੋਈ ਗੱਲ ਸੋਚ ਲਿਆ ਕਰ ਵੀ ਰੋਜ਼ ਇਹ ਕਿਉਂ ਵਿਲਕੀ ਜਾਂਦਾ ਹੈ ਬੜਾ ਲੋੜਾ ਕੋਈ ਨੀ ਪੀ ਦਾ ਚਾਹ ਜਰਾ ਦੇਣਾ ਆ ਗਿਆ ਮੇਰਾ ਪੁੱਤ ਹਾਂ ਮੈਂ ਆ ਗਿਆ ਹਾਂ ਫੌਜਾਂ ਕਿੱਧਰੋਂ ਆਈਆਂ ਉਹ ਬਾਪੂ ਹੁਣ ਤੈਨੂੰ ਪਤਾ ਤਾਂ ਹੈਗਾ ਵੀ ਬਾਈ ਨੂੰ ਦਿੱਲੀ ਜਹਾਜ਼ ਚੜਾਉਣ ਗਿਆ ਹੋਇਆ ਸੀਗਾ ਫੇ ਨਾ ਨਹੀਂ ਚੜਦੇ ਮੁੜ ਕਿਉਂ ਆਇਆ ਲੈ ਮਾਂ ਦੱਸ ਸਮਝਾਉਣਾ ਬਾਪੂ ਨੂੰ ਕੋਈ ਨੀ ਚੜ ਜਾਣਗੇ ਮੇਰੇ ਪੁੱਤ ਵੀ ਕਿਉਂ ਬੋਲੀਆਂ ਮਾਰਦਾ ਤੇਰੇ ਪੁੱਤ ਚੜ ਜਾਣਗੇ ਤੇਰੇ ਮਾਮੇ ਦਾ ਪੁੱਤ ਪਾਇਲਟ ਨਾ ਵੀ ਇਹਨਾਂ ਨੂੰ ਨਾਲ ਦੀ ਨਾਲ ਲੈ ਜੂ ਉਧਰ ਕੈਨੇਡਾ ਜਾਣਗੇ ਮੇਰੇ ਪੁੱਤ ਨਾਲ ਜਾਣਗੇ ਦੇ ਪੁੱਤ ਮਾਂ ਤੂੰ ਛੱਡ ਪਰਾ ਬਾਪੂ ਦਾ ਤਾਂ ਸੁਭਾਅ ਹੀ ਇਹੋ ਜਿਹਾ ਮੈਨੂੰ ਨਾ ਭੁੱਖ ਲੱਗੀ ਹੋਈ ਹੈ ਜਾਂ ਰੋਟੀ ਪਕਾ ਕੇ ਦੇ ਕੋਈ ਨੀ ਪੁੱਤ ਚੱਲ ਮੈਂ ਬਣਾਉਣੀ ਹੈ ਰੋਟੀ ਚੂਰੀ ਕੁੱਟਦੀ ਤੇ ਅਸੀਂ ਕਿਉਂ ਦੀ ਆਹੋ ਬਾਪੂ ਤੂੰ ਵੀ ਖਾ ਲਈ ਮੇਰੀ ਖਾਂਦੀ ਆ ਜੁੱਤੀ ਜਾਂ ਤੂੰ ਐਂ ਕਰ ਬਲਕਰਨੇ ਨੂੰ ਕਹਿ ਕੇ ਆ ਵੀ ਬਾਹਰ ਬੱਤਾ ਪੈਗਾ ਤੇ ਬਾਹ ਕੇ ਮੱਕ ਬੀਜਣੀ ਹੈਗੀ ਬਾਪੂ ਭੁੱਖ ਬਾਹਲੀ ਲੱਗੀ ਫੇਰ ਰੋਟੀ ਖਾ ਕੇ ਕਿਹਾ ਹੋਣਾ ਉਹ ਰੋਟੀ ਖਾ ਕੇ ਕਿਸੇ ਨੇ ਹੋਰ ਬਾਹ ਕੇ ਕਿਸੇ ਪਾਸੇ ਮੰਗ ਤੂੰ ਨਹੀਂ ਬਣੇਗਾ ਉੱਥੇ ਆ ਜੋੜੇ ਤੇਰੇ ਮੂਰੇ ਹੱਥ ਮੈਂ ਤਾਂ ਰੋਟੀ ਆ ਕੇ ਹੀ ਖਾ ਲੂੰਗਾ ਪਹਿਲਾਂ ਮੈਂ ਕਿਹਾ ਹੋਣਾ ਉਹਨੂੰ ਬੜਾ ਸੌਰੀ ਦੇ ਨੇ ਲਹੂ ਪੀਤਾ ਦੇ ਜਮੀ ਨਹੀਂ ਕੰਮ ਨੂੰ ਆਏ ਤਾਂ ਪਹਿਲੇ ਬੋਲਦਾ ਕਹਿੰਦੇ ਹੀ ਨਹੀਂ ਉਹ ਗੱਲ ਪੱਕੀ ਹੈ ਜਿਹੜੀ ਕਹਿੰਦੇ ਸਿਆਣੇ ਅੱਗੇ ਰੱਬਾ ਦੀ ਜਿੱਕਣਾ ਨਹੀਂ
घर के लकड़ा भेजणगे क्यों भी जो रिजक दिता फिर लकड़ा भी लियानिया पैनिया वह गल इन्हों की है पहले बोल ना किसी काम में आखन भी गए असी तो लै बलकर ने इन दस फोन लाते है ऐ तो है नहीं भी आ जा खेत ये गाला पवाऊगा बुढ़े तो गल नहीं बात नहीं वो तो ऊ बुढ़ा साढ़ा बेहेकड़ा है वगू लेंदा दस एक आ गया शाबाशे मिली होगी करे इतने बैठा वो यार होर की करा सवेरे ना दिल्लियों आया बापू गल पै गया कहना बलकरने कह के आ भी वाहन बाहे पठे बीजने ओनू सुनेहा ला के आया वह कहना तू रोटी पानी खा ला ओनू मैं सारा कुछ दस्या कहना फिर आप कट्ठे चल दिया हूँ जे मैं वो घरे गया मैनू कहना तू खेत पहुंच मैं बई आ गया ओनू बैठा डिकी है ना यार हजे तक नहीं आया है चलो तो आ जाऊ तू दस बार वधिया चढ़ाया ओ यार ओनू तो वधिया चढ़ाया मैं तो ऐ जो सोचना यार अपना भी यहोजा खाड़ा लोट आए ना आप बहर भग जाइए यार अपना कितों लोट आऊ अपन पैसे चाहिए अपन बापू इन्ने पैसे कितों दे दूगा तेन पता ही है ये सही गल आ ये कितने देख अपने को पैसा है नहीं जमीन बेच के बहर जा सकते हैं तो बुढ़ा अपना बाला भैड़ा भरावा आप जमीन कितने बेचण दे दूगा मुश्किल है बंटू बलकरना आऊगा जे ना आया मेनू दस दी पहली गल तां मैं उहनां दे घरे होके जाना भी भाई यार तू वाहन बहा के पठे बीज दी शाम नूं मैनू काले करो सद के लै जी बापू नूं ऐ लगे भी दोनों वाहन बहा के आए ठीक है कोई गल नहीं पक्का रही है इस गल ते कि पहला पहुंचे मुड़ के बापू का खुंडा मेरे से फिबिरे नहीं नहीं मैं पता ही है कोई ना मैं तेरे को आप ही आ जाऊंगा भाग जा कर देगा आप ही कर चल मैं जाना फिर ठीक है बलकरने नु मैं भेज दा जाके ठीक है ठीक और देख जाऊंगा जरा बलकरना आऊगा ये नहीं आंदा आपा तो आप चलेंगे ओ कीदा आ गया हेलो हाँ हाँ बलकर ने हाँ हाँ इतने बंटू दे भी दोमी ना दोमी है नहीं ओ महाराजा पहले पास देख लगी इसे को ना बैठा तैयारू करनी ना होना आ तैयारू बैठा रहा ने बोलते कहते को ना हम तैयारू करे अच्छा वो कल ही है वो फिर तू ऐ कर यार तेन पता ही है हम बाहर का अपने का जरा अपना डे डे कला कह रहा ना डे कला हाँ, मक बीजनी मक का तैयारी होना बस जरा क्या वेला हो जाए गुरु उसी बीजा मेरा शेर मर के तू आप ख्याल रख यार चंगा ये साडिया वेलना हूं कोई पता नहीं यार की करे किधर फिर धरती मुंडे अमरावे की मन का शेर मर के बस कई बार मैं नहीं हों इधर तेन दस के पता ही अपने बाहर का सारा दिन जमी भी तई बीजी है वो जिम्मे जिम्मे कह रहे जमी वेले हो जाएंगे उमें उ आप ही ध्यान ना पर गया बाद मैं दस देगा भी तय बात मैं तो अब ना दी सारी मक बीज ठीक है बड़ा लहू पीता एडे बेशर्म जवाक एडे बेशर्म जवाक की बनूंगा कि मैं समझ नहीं आती गल की कंजरा जिन्हें चर तू है उन्ना चिर ही है जो दो खुडन ये तो बेचणगे ये नहीं सिरे चढ़ती गल इन्हों चल मना आप चादरा टंग लिया मंड गया बढ़न बढ़ी जा सारा दिन इन्हों कर दे जा हथ ने वो बोलूगी मुंडिया दुध की कुट दूजा हो करते पत्ती पानी है फलाना पाना है जोड़ा दुध है पी जाते अज मेरे सारे भोरा नहीं दिता सारा डेयरी पा के होगा दो रुपये उधर तो खड़े होना प्यो ने अज मैंने इकड़ू को नहीं अज मैं ही खड़ूंगा धारा चौदह बड़े चक्के मैं वो ढोल चमाऊ सारा बनाना है बंदे उन्होंने ए नहीं लुटाते अगर लगता डंग खड़का बूक दिन कितने खड़कावेगा जिते जमा काम खत्म हो गया हूँ हूँ ही लुट आ गया वो कहानी चल मना चल गई फिर पता हूँ बजाने बू अपन तो जिन्ना चर तुरदी है पुरानी उन्ना चर आप करा देखी जू फिर उस बाद बनता है की नहीं बनता चलो देखी जू चलो देख की बनता खिलरिया पे छेती पै जूगा नीरा साफ करके रख दें खुली ਕੁੜੇ ਪੁੱਤ ਕੁਛ ਨੀ ਕਰਦੀ ਸੀ ਹਨਾ ਕੁੱਕੜ ਬਿੱਠਾ ਕਰ ਦਿੰਦੇ ਤੇ ਛੱਡ ਦਿੰਦੇ ਆ ਤੇ ਮੈਂ ਆਖਣਾ ਫਿਰ ਨੀਰਾ ਛੇਤੀ ਪੈ ਜਾਂਦਾ ਕਈ ਵਾਰ ਨਾ ਨਿਗਾਹ ਚ ਨਹੀਂ ਆਉਂਦੀਆਂ ਉਹ ਫਿਰ ਪਸ਼ੂ ਨੀਰਾ ਨਹੀਂ ਖਾਂਦੇ ਲੈ ਆ ਕੇ ਪਸ਼ੂ ਨੀਰਾ ਨਹੀਂ ਖਾਂਦੇ ਐਡੇ ਕੋਠੇ ਜਿੱਡੇ ਜਵਾਨ ਤੇਰੇ ਗੱਭਰੂ ਦੋ ਪੁੱਤ ਜੇ ਇੱਕ ਹੋਵੇ ਚੱਲ ਅਗਲਾ ਕਹਿੰਦਾ ਲਾਰੜਾ ਰੱਖਿਆਗਾ ਵੀ ਉਹ ਮਾਰ ਲੈਣ ਖੁਰਨੀਆਂ ਚ ਹੱਥਾਂ ਬੁੱਢੀ ਉਮਰੇ ਹੁਣ ਤੂੰ ਸੋਹਣੀ ਲੱਗਦੀ ਆ ਕੰਮ ਕਰਦੀ ਪੁੱਤ
ਉਹਨਾਂ ਦਾ ਤਾਂ ਜੇ ਇੱਕ ਹੈ ਤਾਂ ਇੱਕ ਦਾ ਵੀ ਉਹਨੇ ਸੰਸਾ ਦੋਨਾਂ ਦਾ ਵੀ ਮਾਵਾਂ ਨੂੰ ਤਾਂ ਨਾ ਅੱਡੋ ਅੱਡੀ ਸੰਸੇ ਹੁੰਦੇ ਆ ਉਹਨਾਂ ਦੇ ਤੇ ਉਹ ਪੁੱਤ ਵਿਹਲੇ ਨੀ ਆਪਦੇ ਕੰਮ ਧੰਦੇ ਚ ਰੁੱਝੇ ਰਹਿੰਦੇ ਨੇ ਉਹਨਾਂ ਨੂੰ ਬਾਹਰ ਕੰਮ ਵਾਲੇ ਆ ਪੁੱਤ ਆਪਦੀ ਪੜ੍ਹਾਈ ਪੜੂਈ ਦੇ ਚਾਚੀ ਉਹ ਤਾਂ ਹੈਗੇ ਆ ਕੰਮ ਕੰਮਾਂ ਨੂੰ ਨੀ ਮੈਂ ਕਹਿੰਦੀ ਵੀ ਨਹੀਂ ਹੈਗੇ ਨਾਲੇ ਸਾਰੇ ਪਿੰਡ ਚ ਤਾਂ ਆਪਣੇ ਮੁੰਡੀ ਮਸ਼ਹੂਰ ਆ ਅੱਗੇ ਵਿਹਲੜ ਕਿਸੇ ਥਾਂ ਦੇ ਵਿਹਲੜ ਸਾਰੇ ਕਹਿੰਦੇ ਆ ਵਿਹਲੜ ਵਿਹਲੜ ਮੈਂ ਤਾਂ ਹੀ ਕਹਿਤਾ ਕੁੜਾ ਕਿਹੜਾ ਕਹਿੰਦਾ ਵਿਹਲੜ ਮੈਨੂੰ ਦੱਸੀ ਮੇਰੇ ਪੁੱਤ ਤਾਂ ਨਾ ਗਿੱਲੇ ਗੋਹੇ ਤੇ ਪੈਰ ਨਹੀਂ ਧਰਦੇ ਕਿਹੜਾ ਕਹਿੰਦਾ ਮੈਨੂੰ ਲਿਆਈ ਮੇਰੇ ਮੂੰਹ ਤੇ ਕਿਹੜਾ ਵਿਹਲੜ ਕਹਿੰਦਾ ਕਿਸੇ ਦੇ ਦੱਸ ਗੀਦੇ ਜਾਂਦੇ ਨੇ ਉਹ ਚੱਲ ਗਿੱਲੇ ਗੋਹੇ ਤੇ ਪੈਰ ਨਹੀਂ ਧਰਦੇ ਹੋਣੇ ਕਿ ਗੋਹਾ ਦੇਖ ਕੇ ਪਰਾਂ ਦੀ ਲੰਘ ਜਾਂਦੇ ਹੋਣਗੇ ਗੱਲਾਂ ਉਹ ਨਹੀਂ ਕਰਦੀ ਮੈਂ ਤਾਂ ਐਂ ਗੱਲਾਂ ਕਰਦੀ ਆ ਵੀ ਤਾਇਆ ਸਾਰਾ ਦਿਨ ਕਲਪਨਾ ਕਰਦਾ ਰਹਿੰਦਾ ਖੇਤ ਤਾਂ ਕੱਲਾ ਆ ਨਿਆਈ ਵਾਲੇ ਖੇਤੋਂ ਨਾ ਇੱਧਰ ਨੂੰ ਜਾਂਦਾ ਸੀ ਗਾਲਾਂ ਦਿੰਦਾ ਨਹੀਂ ਤਾਇਆ ਤਾਂ ਜਦੋਂ 2-2 ਸਾਲ ਦੇ ਸ਼ੋਰੋ ਵੀ ਕਲਪਨਾ ਕਰੀ ਜਾਂਦਾ ਸੀ ਤਾਇਆ ਦਾ ਤਾਂ ਸੁਭਾਅ ਹੀ ਇਹ ਜਿਹਾ ਹੁਣ ਕਿਵੇਂ ਨਾ ਕਰੇ ਵਿਚਾਰਾ ਉਹ ਤਾਂ ਦੇਲਾ ਖੇਤਾਂ ਚ ਫਿਰਦਾ ਰਹਿੰਦਾ ਜਦੋਂ ਮੈਂ ਤਾਂ ਦੇਖਦੀ ਨਾ ਤਾਇਆ ਖੇਤੋਂ ਆਇਆ ਤੇ ਇਹ ਜਦੋਂ ਮੈਂ ਦੇਖਦੀ ਆ ਮਾਂ ਦੇ ਪੁੱਤ ਘਰੇ ਬੈਠੇ ਇਹਨਾਂ ਨੇ ਪਤਾ ਕਿੰਨੀ ਅੱਖਾਂ ਦੀ ਜੋਤ ਕਮਾਈ ਹੈ ਪੜ੍ਹ ਕੇ ਹੁਣ ਉਹਨੂੰ ਤਾਂ ਤਾਇਆ ਤਾਂ ਅਨਪੜ੍ਹ ਹੈ ਉਵੇਂ ਮਰੀ ਜਾਂਦਾ ਉਹ ਤਾਂ ਆਪਦੀਆਂ ਤੇ ਇਹਨਾਂ ਨੇ ਹੁਣ ਜਿਹੜੀਆਂ ਅੱਖਾਂ ਦੀ ਜੋਤ ਕਮਾਈ ਹੈ ਪੜ੍ਹ ਕੇ ਉਹਨਾਂ ਦੇ 100 ਕੰਮ ਧੰਦੇ ਹੁੰਦੇ ਆ ਕਿਤੇ ਫਾਰਮ ਆ ਗਿਆ ਕਿਤੇ ਕੁਛ ਤਾਇਆ ਦਾ ਕਹਿੰਦਾ ਹੁਣ ਵੀ ਨਾ ਦੇਖੋ ਅੱਛਾ ਮੈਂ ਤਾਂ ਐਂ ਕਹਿੰਨੀ ਆ ਤਾਈ ਲਾ ਕੇ 4 ਪੈਸੇ ਬਾਹਰ ਬੂਰ ਭੇਜ ਦੇਖਣੂ ਤਾਂ ਭੇਜ ਦੇ ਚੱਲ ਵਧੀਆ ਤੇਰੇ ਮੁੰਡੇ ਪੜ੍ਹੇ ਲਿਖੇ ਕਿਹੜਾ ਅਨਪੜ੍ਹ ਪੈਸੇ ਲਾ ਕੇ ਤਾਂ ਭੇਜ ਦਿਆਂਗੇ ਪੁੱਤ ਇਹੋ ਜੀ ਕੋਈ ਗੱਲ ਨਹੀਂ ਵੀ ਸਾਡੇ ਚ ਗੁੰਜਾਇਸ਼ ਨਹੀਂ ਪੈਸੇ ਵੀ ਲਾ ਦਿਆਂਗੇ ਤੇ ਪਰ ਜਿੱਦੇ ਪਰਮਾਤਮਾ ਦੀ ਉੱਥੇ ਕੋਈ ਰੋਟੀ ਰਹੀ ਹੈ ਜਾਣਗੇ ਤਾਂ ਉਦੀ ਪੁੱਤ ਆਪਣੇ ਕਾਲਾ ਨਾਲ ਖੁਸ਼ ਨਹੀਂ ਹੁੰਦਾ ਜਾਂ ਫਿਰ ਐਂ ਕਰ ਇੱਕ ਵਿਆਹਲਾ ਦੋਨਾਂ ਚ ਹੈਪੀ ਨੂੰ ਵਿਆਹਲਾ ਫਿਰ ਤੂੰ ਕਰਾ ਦੇ ਰਿਸ਼ਤਾ ਵਿਆਹ ਦਾ ਲਊਂਗੀ ਸਾਲ ਵਿਆਹ ਦੀ ਤਾਂ ਗੱਲ ਤੂੰ ਕਹਿਨੀ ਆ ਚੱਲ ਮੈਂ ਕਰ ਲੂੰਗੀ ਹਾਂ ਆਏ ਆ ਨਾ ਤੈਨੂੰ ਸੁੱਖ ਹੋ ਜਾਊਗਾ ਨਾਲੇ ਤਾਂ ਨਾਲੇ ਤਾਏ ਤੇ ਗਾਲਾਂ ਤੋਂ ਬਚਣਗੇ ਜਦੋਂ ਕਹਿ ਦਿਆ ਕਰਾਂ ਅਫਗਾਨੀ ਧੀ ਸਾਹਮਣੇ ਕਿਹੜਾ ਹੁਣ ਚੰਗਾ ਲੱਗੂਗਾ ਫਿਰ ਕੋਈ ਨਹੀਂ ਪੁੱਤ ਜੇ ਤੇਰੀ ਨਿਗਾਹ 'ਚ ਕੋਈ ਰਿਸ਼ਤਾ ਹੈਗਾ ਨਾ ਕਰਾ ਦੇ ਵਿਆਹ ਤਾਂ ਲਊਂਗੀ ਚੱਲ ਮੈਂ ਹੁਣ ਅੱਜ ਤਾਂ ਗੱਲ ਤੇਰੀ ਠੀਕ ਹੈ ਦਾ ਹਾਂ ਆ ਜਾ ਨਹੀਂ ਤਾਈ ਬੈਠ ਕੇ ਬਿੰਦ ਝੱਟ ਆ ਜਾ ਮੈਂ ਤਾਂ ਆਖਿਆ ਚੱਲ ਤਾਈ ਕੋਲ ਜਾ ਕੇ ਆਉਣੀਆਂ ਗੱਲਾਂ ਮਾਰ ਕੇ ਆਉਣੀਆਂ ਆਏ ਫਿਰ ਤੂੰ ਬਾਹਰ ਸੁਣੀ ਜਾਂਦੀ ਆ ਸਾਡੇ ਮੁੰਡਿਆਂ ਦੀਆਂ ਇਹੋ ਜਿਹੀਆਂ ਗੱਲਾਂ ਲੈ ਨਹੀਂ ਤਾਈ ਬੈਠਣ ਨੂੰ ਤਾਂ ਮੈਂ ਤੈਨੂੰ ਤਾਂ ਕਹਿੰਦੀ ਸੀ ਮੇਰੇ ਦਿਮਾਗ 'ਚ ਨਾ ਬੜਾ ਹੀ ਸੋਹਣੀ ਗੱਲ ਆਈ ਆ ਦੱਸ ਦੇ ਫਿਰ ਕਹੀ ਜੀ ਗੱਲ ਆਈ ਹੈ ਤੇਰੇ ਦਿਮਾਗ 'ਚ ਆਹੀ ਜਿਹੜੀ ਰਿਸ਼ਤੇ ਦੀ ਆਪਾਂ ਕਰੀ ਜਾਂਦੇ ਸੀ ਮੇਰੀ ਗੱਲ ਸੁਣ ਮੇਰੀ ਮਾਸੀ ਦੀ ਕੁੜੀ ਆ ਘੁੱਦੇ ਤੋਂ ਹਰਪ੍ਰੀਤ ਉਹਦਾ ਰਿਸ਼ਤਾ ਕਰਾਨੇ ਹੈਪੀ ਨਾਲ ਨਾਲ ਇਹਨਾਂ ਦੀ ਰਾਸ਼ੀ ਜੁੜ ਗਈ ਠੀਕ ਹੈ ਕਰਾ ਦੇ ਫਿਰ ਨਹੀਂ ਤੇਰੇ ਵਰਗਾ ਸੁਆਹ ਹੋਵੇ ਬਾਲੀ ਚੰਗੀ ਆ ਮੇਰੇ ਨਾਲੋਂ ਤਾਂ ਤੂੰ ਤਾਂ ਕਹੇਂਗੀ ਵੀ ਸਾਡੇ ਤਾਂ ਕੋਈ ਪਰਮਾਤਮਾ ਨੇ ਤੂੰ ਤਾਂ ਹੱਸਦੀ ਖੇਡਦੀ ਰਹਿੰਦੀ ਆ ਜਦੋਂ ਤਾਈ ਕੋਲੇ ਆ ਜਾਂਦੀ ਆ ਜਦੋਂ ਸਾਰੇ ਦੁੱਖ ਤੋੜ ਦਿੰਦੀ ਆ ਤੇ ਹੋਰ ਤੂੰ ਤਾਂ ਕਹੇਂਗੀ ਮੈਂ ਤਾਂ ਆ ਕੇ ਚਿੱਟੇ ਚੌਲ ਪੁੰਨ ਕੀਤੇ ਉਹ ਗੱਲ ਹੋ ਜੂਗੀ ਤੇਰੀ ਤਾਂ ਇੰਨੀ ਚੰਗੀ ਆ ਤੇ ਨਾਲੇ ਜਮੇ ਨੀ ਬੋਲਦੀ ਕੰਮ ਬਥੇਰਾ ਕਰਦੀ ਆ ਨਾਲੇ ਸਾਊ ਜੀ ਆ ਵਿਚਾਰੀ ਚੱਲ ਕਰਾ ਦੇ ਫਿਰ ਹੋਰ ਕਰਾ ਦੂੰਗੀ ਨਾਲੇ ਆਏ ਆ ਭਾਈ ਸੰਦ ਸਿਹੜੇ ਬਣਾ ਲਓ ਹੁਣ ਸਾਰੇ ਹੌਲੀ ਹੌਲੀ ਮੈਂ ਤਾਂ ਗੱਲ ਜੀ ਕੀਤੀ ਸੀ ਆਪਦੀ ਮਾਸੀ ਕੋਲ ਮੈਂ ਸਾਡੇ ਗਵਾਂਢੀ ਆ ਮੈਂ ਬਲਾ ਹੀ ਚੰਗੇ ਆ ਮੈਂ ਮੁੰਡੇ ਵੀ ਅੱਖ ਚ ਪਾਏ ਨੀ ਰੜਕਦੇ ਮੈਂ ਇੰਨੇ ਚੰਗੇ ਆ ਤੇ ਨਾਲੇ ਹੈਪੀ ਕਹਿੰਦਾ ਸੀ ਅੱਗੇ ਮੈਨੂੰ ਅੱਗੇ ਮੇਰਾ ਪਾਪਾ ਟਰੈਕਟਰ ਲੈ ਕੇ ਦਊਗਾ ਭਾਬੀ ਹੁਣ ਟਰੈਕਟਰ ਲੈਨੇ ਹੋ ਉਹ ਰਿਟਾਇਰ ਤਾਂ ਲੈ ਲਾਂਗੇ ਅਸੀਂ ਨਾ ਮੂੰਹ ਸਿਰ ਦੇਖਦੇ ਸੀਗੇ ਕੰਮ ਦਾ ਫਿਰ ਇਹਨੂੰ ਸਾਨੂੰ ਐਂ ਲੱਗਦਾ ਵੀ ਅੱਜ ਟਰੈਕਟਰ ਲਵਾਂਗੇ ਅੱਛਾ ਕੱਲ ਨੂੰ ਵੇਚਣਾ ਪੈ ਗਿਆ ਹਨਾ ਜਵਾਕਾਂ ਨੂੰ ਕੋਈ ਕੰਮ ਮਿਲ ਗਿਆ ਫਾਰਮ ਭਰੇ ਦੋਨਾਂ ਦੇ ਵੀ ਨੌਕਰੀ ਮਿਲ ਗਈ ਜੇ ਹਾਂ ਤੇ ਨੌਕਰੀ ਮਿਲ ਗਈ ਫੇਰ ਇਹ ਨਾ ਵੇਚਣ ਬਾਲਾ ਘਾਟਾ ਪੈਂਦਾ ਗਾਗਣ ਫਿਰ ਨੀ ਨਹੀਂ ਤਾਈ ਵੇਚਣਾ ਕਾਹਨੂੰ ਆ ਆਪਣੇ ਪਿੰਡ ਚ 5-7 ਦਾ ਟਰੈਕਟਰ ਆ ਜਣੇ ਖਾਣੇ ਦੇ ਬੀਜ ਬਿਜਾਈ ਤੇ ਭੇਜ ਦਿਆ ਕਰੋ ਕਿਰਾਏ ਤੇ ਘਰੇ ਕਿਹੜਾ ਸਾਧਨ ਪੈਸੇ ਨੀ ਦਿੰਦਾ ਕੁੜਾ ਕਿਰਾਏ ਵਾਲਿਆਂ ਦੇ ਕਿੱਥੇ ਪੁੱਤ ਮਗਰ ਫਿਰਦਾ ਸਾਡੇ ਬੁੱਢੇ ਦਾ ਸੁਭਾਅ ਤੈਨੂੰ ਪਤਾ ਨੀਗਾ ਹੁਣ ਉਹ ਤਾਂ ਆਪਦੇ ਪੁੱਤਾਂ ਨਾਲ ਨੀ ਕੱਢਦਾ ਕਿੰਨਾ ਲੜਦਾ ਉਹ ਜਦੋਂ ਸਾਡੇ ਵਾਹਣ ਬੀਜ ਕੇ ਕੋਈ ਮੁੜ ਜਾ ਕਰੂਗਾ ਉੱਥੋਂ ਤੱਕ ਜਾਇਆ ਕਰੂ ਖਾਰੂ ਪੜਦਾ ਕਹਿੰਦੇ ਹੁੰਦੇ ਚੰਗੇ ਨੂੰ ਹੀ ਲੜਦਾ ਜੇ ਵਿਚਾਰੇ ਭਾਈ ਉਹਨੇ ਸਾਰੀ ਉਮਰ ਆਪ ਕੰਮ ਕੀਤੇ ਆ ਹੁਣ ਫਿਰ ਉਹਦੇ ਤਾਂ ਕਰੇ ਸੀ ਹੁਣ ਜਵਾਕ ਉਹ ਜੇ ਜਵਾਨੇ ਦੇ ਤਾਂ ਨਹੀਂ ਜਵਾਨੇ ਦੇ ਤਾਂ ਨਹੀਂ ਜੱਟ ਤਾਂ ਉਹੀ ਗੱਲ ਕਹਿੰਦੇ ਹੁੰਦੇ ਜ਼ਮੀਨ ਨਾਲ ਆ ਚਾਚੀ ਮੇਰੀ ਗੱਲ ਸੁਣ ਜ਼ਿਮੀਦਾਰਾਂ ਦੇ ਪੁੱਤ ਹੁਣ ਤੇ ਇਹਨਾਂ ਨੂੰ ਪੁੱਛ ਕੇ ਦੇਖਿਆ ਮਾ ਬੇ ਬੰਟੂ ਮਾ ਫਸਲ ਦਾ ਕੀ ਮਾੜਾ ਮੋਟਾ ਪਤਾ ਹੈਗਾ ਉਹਨਾਂ ਨਹੀਂ ਭਾਬੀ ਸੁਣ ਤਾਂ ਹੀ ਨਹੀਂ ਪਤਾ ਕਿਹੜੇ ਮੌਸਮ ਕੀ ਬੀਜਿਆ ਜਾਂਦਾ ਮੈਂ ਕਿਹਾ ਉਹੀ ਕਿਤਾਬਾਂ ਕਾਲੀਆਂ ਕੀਤੀਆਂ ਆਖੀ ਜ਼ਿਮੀਦਾਰ ਦਾ ਪੁੱਤ ਹੋਵੇ ਖੇਤੀ ਬਾਰੇ ਜਵਾਨਾਂ ਨੌਲੇਜ ਇਹਨਾਂ ਨੂੰ ਉੜੇ ਉਹ ਪੁੱਤ ਮੈਂ ਤੈਨੂੰ ਦੱਸਦੀ ਹਾਂ ਨੌਲੇਜ ਜੇ ਤਾਂ ਕਰਿਆ ਹੋਵੇ ਖੇਤੀਬਾੜੀ ਦਾ ਕੋਰਸ ਫਿਰ ਤਾਂ ਸਾਰੀ ਨੌਲੇਜ ਆ ਜਾਂਦੀ ਆ ਬੱਚਿਆਂ ਨੂੰ ਜਦੋਂ ਇਹਨਾਂ ਨੇ ਉਹ ਪੜ੍ਹਾਈ ਨਹੀਂ ਕਰੀ ਫਿਰ ਇਹਨਾਂ ਨੂੰ ਜਵਾਕਾਂ ਨੂੰ ਜਦੋਂ ਖੇਤ ਹੀ ਨਹੀਂ ਗਏ ਪਹਿਲਾਂ ਤਾਂ ਫਿਰ ਕਿਵੇਂ ਪਤਾ ਲੱਗੂਗਾ ਵੀ ਤਾਈ ਇੰਨਾ ਹੀ ਤਾਂ ਮੈਂ ਤਾਂ ਗੱਲ ਕਰਤੀ ਊਂ ਵੀ ਆਪਣੇ ਪੰਜਾਬ 'ਚ ਤਾਂ ਪੁੱਛਣਾ ਕੀ ਪੰਜਾਬ ਕੀ ਹਰਿਆਣਾ ਪੜ੍ਹਾਈ ਲਿਖਾਈ ਜਾਂਦੇ ਹੁਣ ਜਿਹੜੇ ਬਾਪੂ ਸੀਗੇ ਵਿਚਾਰੇ ਪਹਿਲਾਂ ਅਨਪੜ੍ਹ ਸੀਗੇ ਹੈ ਤੇ ਉਹ ਕਿਹੜਾ ਕੋਰਸ ਕਰਦੇ ਸੀ ਉਹਨਾਂ ਨੂੰ ਆਪਦੇ ਪਿਓ ਦਾਦਿਆਂ ਦੇ ਮਗਰ ਸਾਰਾ ਕੁਝ ਪਤਾ ਹੁੰਦਾ ਸੀ ਬਾਕੀ ਸਾਡੇ ਬੁੱਢੇ ਦਾ ਸੁਭਾਅ ਚੰਦਰਾ ਸੀ ਮਿੱਠ ਤੰਨਾ ਤਾਂ ਕੋਈ ਗੱਲ ਕਹਿੰਦਾ ਨਹੀਂ ਜੇ ਰੋਟੀ ਫੜਾਉਣ ਜਾਂਦੇ ਦੂਰੋਂ ਹੀ ਲੱਗ ਜਾਂਦਾ ਲਾਲ ਕਰਨ ਸਿੱਟ ਕੇ ਆ ਜਾਂਦੇ ਹਰ ਕੇ ਵੀ ਆਪਦਾ ਵਿਰਸਾ ਕੰਮ ਨਾ ਥੋੜੀ ਭੁੱਲਿਆ ਜਾਂਦਾ ਵੀ ਬੀਜ ਬਿਜਾਈ ਤਾਂ ਆਪਦੇ ਬਾਪੂ ਤੋਂ ਪੁੱਛ ਲਿਆ ਕਰੋ ਨਹੀਂ ਪੜ੍ਹਨਾ ਜੇ ਕਿਤਾਬਾਂ ਚ ਬੁੜਾ ਦੱਸਣ ਵਾਲਾ
बथेरी सोहनी आजूगी बहू सोडे कम कार वाली फिर तो मेरे को बह जा करी गल्ला मारन तेन पता जो तेरे पुत का फोन आंदा पेंद झट मैं गल कर ही लैनी होंगी जो अंबक बीजनी सी ओथे नी गई जवाक कला ओथे पगाई मारी जांदा मैनू फोन करे उहने फिर मैं कितों हरा बड़दा बड़ा आया जवाक नी अपने माड़े है गे। तू ना हमें ऑटो हटी मारी तू ना हमें ऑटो हटी अच्छा सिर पे मेन फोन कर तेन इधर उधर ते कहता जवाकों कहना मेरे को टाइम नहीं गा जो खेत भेजते भी बलकार घंटा दो घंटे किराए बंद किसी बाग मिनट लग गए उड़ीकना इन्हों का फर्ज था ना तेरे को जो फोन आ गया कहता मैं खेत आना जवाब देता वह फिर गए नी उन्होंने जाके भी की करना सी खेत जवाब देता मैं गागना आपकी मासी की धी का साक करा हैप्पी जिथे माए दो रोटियां खा के टाइम कढ लेना उथे ओ भी कढ लूगी सुखता हो जूगा करे दुख होगा सुख नहीं होना तू ना कोई चंगी बाकी कड़ी चलो मैं तो चंगी बाकी कड़ूंगा भाई तू तो बस काली जी वाला होगा तू ना कोई चंगी बाकी कड़ी मुंह चो बड़ा लोड़ा मारे तो हुन एक पासे चल दे सारा टब्बर मिल दा ऐ गल गिन दे वी दा हुन ऊ ही बोली जांदा हर वक्त ऊ ही बोली जांदा ओ मैं सच्चियां कहना चंगियां कहना ना मैं सच्चियां सारियां दे सच्चियां हुन गांदा चलो हां ले ले पंगा आप दे गई मनोमाथियां करी जाना चंगा ले लो पंगा ले लो पानी दी बोतल ले आनी है मैं बैठ जा किसी बैठ ठंडा भी हो जाएगा ओहो ले ऐ कर हुन चाह पानी पीता मेरा ते पिछले पैर ना ककंडे वाले वालियां बुढ़िया सुनिया जा जानियां ते मैं खेत कीड़ा मारया मां तू ना खेत ही ना तुरया फिर गेड़े मारदा होर माड़ी ना गागन दा फोन आया सी ओदी वेट कर गागन आउण वाली हैगी ते ओ रिश्ते दी गल तेरे हुंदे तां होई नहीं मैनू गईगी दो बारा तू तां घर ही नहीं मिलिया हरदी नहीं जमा पक्का कर्म कर की हटेगी चल मैं तां अड़ी कर लेना ला आ गई सब श्री अकाल भाई सब श्री अकाल ठीक ठाक मत्था टेक दिया ताई जिउंदी रहे भाई अच्छा ताई मैं तां ए कहंदी सी हां बियो कुड़ियां ने आए कहा सीगा भाई असी नाले तां हैप्पी नु निगाह थाने कर जांगे नाले घर बार देख जानगे चल दस कोई रहे रहे पर की बस कोई गल नहीं दिन दे दो केड़े तैनु कहया भला कि दोनगे हो पर हां भाई ओ परसों नु कह दूंगी मैं ता फिर एक बारी महा चल पुछ ला सोडी भी राय कोई हुंदी है ला सोडा हैप्पी भी आ गया मुंडे ना गल कुड़ी हूं सयानी है भाई चल मुंडे आ जो हूं हां जी हां जी बहुत सयानी मेरी नौकरी लग गई मेरे बापू दी गाला तो खड़ा छुट गया शाबाश बेटा आया मुंडे तेनु मैं तो पटियाले नौकरी मिल गई ले 70000 रुपए तनख्वाह बेबे मैं तो उठी रह करू शाबाश 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 जों दे जों दे पैर भी नहीं पए है ता बनाई लेके आ कर्म वाली है बहू सोने ओ भाई ठीक है चंगी गल है कोई मारी गल बड़ा खुश हो की हो गया नौकरी मिल गई मेनू पटियाले अच्छा चल बधाइयां हुन रब ने तेरी तो सुन ली हुन रब ना बापू दियां गालां तो मेरा भी खड़ा छड़ा दे मेनू भी कोई नौकरी मिल जाए ना फिर तू चौकीदार लग जी उसे की फर्क पैंदागा आप भी सारे नहीं बापू आए ना फिर तू तो लड़दा देख असी कोई नशा नहीं पता नहीं कर ओए गल सुनो मेरी लड़दे ही कह दिनो मैं कोई लड़दा अंदरों ऊं तां नहीं बेईमानी तां लड़दा सी कंजरो मैं इस गल नूं लड़दा सी भी तुसी इस गल दी तलाश च रहो कोई नौकरी च जां कि कम दी तलाश रहो निम ते करेला कौड़े तां हुंदे ना पर उहनां दे गुण हुंदे ना बापू ओ भी गल तेरी सही है
गल हैप्पी सही कहना बापू, जे अपन बापू का डर ना होंदा ना परसों सात दिन फिर मुंडे ना माड़ा मोटा कोई उधरों जगाड़ जान हो जाने ड्यूटी सामभ लेंगे कोई मन च नही नौकरी ला गया मुंडा मेनू ता जवाब दा ना ना असीं तेरे हथों लवांगे ये जदों अज साडा इन्नी गल करी तो साडा जवाक देदा मूंह सुर बन गया आपे बोकदा होजू कोई ना कुछ बस तू गाला ना कड्डी हुण तो बाद ओ नहीं करदा सारी दियो मैं गाला की कड्डनी सुने चल चंगा टाई बना के चाह पिया इनन में भी जाने तू चाह पी के जा पुत्त ये ना कोई कोई ना कोई ते उठे भाई जा ताई नाम जीरा कर लो चाह जो गल चल साडे चली आ आ आ शाबाशी साहब ऊ ना हुण भज्जे फिरो किते आनियां वानियां कोले पहले ही जो कोई काम ते लग गया ना उदो आओ करो पाड़े भी वाले उसे तो होने लग जाओगे फीट ना करने की। सत श्री अकाल जी, हुने हुने तुसी साड़ी वीडियो देखी, वीडियो विच के ये चीज दिखाई है भी कई बार ना बच्चे कहने भी मेरा बापू या मेरी माता लड़दी रहती है वो गाला नहीं होंदिया है वो तो सियाने कहने होंदे भी बजुर्गों दी गाला क्यों दियां नाल बजुर्गों का मकसद यही होंदा है भी साडा बच्चा कहने तो बाहर ना हो जाए या नशा पत्तियां ना लग जाए इस करके वह माड़ा मोटा तो फिर कहें ही होंगे माँ प्यो का फर्ज बनता है। बाकी वीडियो किदा लगी कमेंटा के जरूर दस्यो जो वीडियो वधिया लगती होंगी अगे शेयर कर दिया करो। एक गल होर जी वीडियो देखते हो चैनल में सबसक्राइब नहीं करते हैं प्लीज़ हाथ जोड़ के बेनती है चैनल में भी सबसक्राइब कर लियो। धन्यवाद जी, सत श्री अकाल जी।